ਜਲੰਧਰ ਨੂੰ ਸਮਾਰਟ ਸਿਟੀ ਬਣਾਉਣ ਦੇ ਸਰਕਾਰ ਵੱਡੇ ਵੱਡੇ ਦਾਅਵੇ ਤਾਂ ਕਰ ਰਹੀ ਹੈ, ਪਰ ਲੱਗਦਾ ਸਰਕਾਰ ਦੇ ਸਾਰੇ ਦਾਅਵੇ ਕੇਵਲ ਕਾਗਜ਼ਾਂ ਤੇ ਬਿਆਨਾਂ ਤੱਕ ਹੀ ਸੀਮਿਤ ਨੇ। ਇਸੇ ਤਰ੍ਹਾਂ ਅੱਜ ਜਲੰਧਰ 'ਚ ਪ੍ਰਸ਼ਾਸਨ ਦੀ ਪੋਲ ਉਸ ਸਮੇਂ ਖੁੱਲ੍ਹ ਗਈ ਜਦੋਂ 2 ਘੰਟੇ ਦੇ ਕਰੀਬ ਪਏ ਮੀਂਹ ਦੇ ਕਾਰਨ ਸ਼ਹਿਰ ਅੰਦਰ ਹੜ੍ਹ ਵਰਗੇ ਹਾਲਾਤ ਪੈਦਾ ਹੋ ਗਏ। ਜਦੋਂ ਇਸ ਸੰਬੰਧੀ ਜਲੰਧਰ ਦੇ ਸਾਬਕਾ ਮੇਅਰ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਮੌਜੂਦਾ ਸੱਤਾਧਾਰੀ ਸਰਕਾਰ 'ਤੇ ਵਰਦਿਆਂ ਕਿਹਾ ਕਿ ਜਦੋਂ ਦੀ ਕਾਂਗਰਸ ਸਰਕਾਰ ਹੱਥ ਕਮਾਣ ਆਈ ਹੈ ਉਦੋਂ ਤੋਂ ਨਿਗਮ ਨਾ ਦੇ ਬਰਾਬਰ ਕੰਮ ਕਰ ਰਿਹਾ। ਸਰ ਇੱਕ ਦੱਸੋ, ਜਲੰਧਰ ਨੂੰ ਸਮਾਰਟ ਸਿਟੀ ਬਣਾਉਣ ਦਾ ਦਾਅਵਾ ਕੀਤਾ ਜਾ ਰਿਹਾ ਸਰਕਾਰ ਵੱਲੋਂ, ਕਿ ਜਲੰਧਰ 'ਚ ਪਹਿਲੇ ਮੀਂਹ ਨਾਲ ਪਾਣੀ ਮਾੜਾ ਇਕੱਠਾ ਹੋਇਆ ਵਾ ਅਤੇ ਉਹਦੇ ਨਾਲ ਸਮਾਰਟ ਸਿਟੀ ਬਣ ਸਕਦੀ ਤੁਹਾਡੇ ਹਿਸਾਬ ਨਾਲ? ਸਮਾਰਟ ਸਿਟੀ ਬਣਿਆ ਬੜੀ ਦੇਰ ਚੱਲਿਆ ਮੈਂ, ਪਰ ਇਹ ਮੁਲਕ ਦੇ ਬਾਹਰਲੇ ਮੁਲਕ ਨੇ ਕੀਤਾ ਹੁੰਦਾ ਅਤੇ ਇਹਨਾਂ 'ਚ ਮਹੀਨਿਆਂ 'ਚ ਕੰਮ ਨਿਕਲਿਆ ਹੋਣਾ ਸੀ। ਸਮਾਰਟ ਸਿਟੀ ਸਿਰਫ ਕਾਰਪੋਰੇਸ਼ਨ ਦੇ ਦਫ਼ਤਰ ਵਿੱਚ ਤੱਕ ਸੀਮਤ ਹੈ। ਤੁਸੀਂ ਅੱਜ ਬਾਤ ਪਈ ਹੈ ਕਾਰਪੋਰੇਸ਼ਨ ਹਾਲ ਦੇਖੋ, ਉਹਨਾਂ ਸ਼ਹਿਰ ਦਾ ਕੀ ਕਰਨਾ। ਅੱਜ ਇੱਕ ਬਰਸਾਤ ਪਈ ਹੈ, ਸਾਰੇ ਸੀਵਰ ਬੰਦ ਹੁੰਦੇ, ਸ਼ਾਮ ਤੱਕ ਉੱਥੇ ਪਾਣੀ ਨਹੀਂ ਹੈਗਾ, ਕੋਈ ਰੋਡ ਵੀ ਨਹੀਂ, ਸਫਾਈ ਨਹੀਂ ਹੁੰਦੀ, ਕੋਈ ਪ੍ਰਸ਼ਾਸਨ ਦੀ ਕੋਈ ਪਕੜ ਨਹੀਂ ਹੈਗੀ ਕਿਸੇ ਪਾਸੇ। ਸਮਾਰਟ ਸਿਟੀ ਕਿਸ ਤਰ੍ਹਾਂ ਬਣ ਸਕਦਾ? ਅਤੇ ਦੁਕਾਨਾਂ 'ਚ ਪਾਣੀ ਜਾਣ ਨਾਲ ਜਾਂ ਕਿੱਦਾਂ ਕੀ ਹਾਲ ਕੀ ਹੋਊਗਾ ਇਹਦਾ? ਦੁਕਾਨਾਂ ਦਾ ਵੀ ਵਿਚਾਰਿਆ ਨੁਕਸਾਨ ਹੁੰਦਾ, ਪਾਣੀ ਨਿਕਲਦਾ ਨਹੀਂ, ਨਿਕਾਸੀ ਨਹੀਂ ਹੁੰਦੀ, ਰੋਡ ਗਲੀਆਂ ਸਾਫ਼ ਨਹੀਂ ਹੁੰਦੀਆਂ, ਸੀਵਰ ਸਾਫ਼ ਨਹੀਂ ਹੁੰਦੇ, ਅਤੇ ਇਹਦੇ ਕਰਕੇ ਜਿਹੜਾ ਪਾਣੀ ਸਾਰਾ ਬਲੋਕ ਹੋ ਜਾਂਦਾ, ਪਾਣੀ ਅੱਜ ਤੱਕ ਨਿਕਲਦਾ, ਨੁਕਸਾਨ ਹੈ। ਕਿ ਤੁਹਾਡੇ ਹਿਸਾਬ ਨਾਲ ਜਲੰਧਰ ਸਮਾਰਟ ਸਿਟੀ ਬਣ ਸਕਦਾ ਇੱਦਾਂ? ਮੈਨੂੰ ਨਹੀਂ ਉਮੀਦ ਹੈਗੀ ਇੱਕ ਸਮਾਰਟ ਸਿਟੀ ਅਗਲੀ ਜਨਰੇਸ਼ਨ ਸ਼ਹਿਰ ਬਣਾ ਲਈ। ਅਤੇ ਕੋਈ ਮੈਸੇਜ ਦੇਣਾ ਚਾਹੋ ਤੁਸੀਂ ਸਰਕਾਰ ਨੂੰ ਜਾਂ ਨਗਰ ਨਿਗਮ ਨੂੰ ਮੈਸੇਜ? ਸਿਰਫ ਇੱਕੋ ਹੀ ਹੈਗਾ, ਮੈਂ ਵੀ ਬਤੌਰ 20 ਸਾਲ ਕੌਂਸਲਰ ਹੈ, ਜਿੰਨੀ ਦੇਰ ਤੱਕ ਕਰਪਸ਼ਨ ਨਹੀਂ ਖਤਮ ਹੁੰਦੀ ਅਤੇ ਉੱਨੀ ਦੇਰ ਤੱਕ ਕਦੀ ਸਮਾਰਟ ਸਿਟੀ ਬਣ ਸਕਦਾ, ਕਿਉਂਕਿ ਜਿਹੜੇ ਜ਼ਿੰਮੇਵਾਰ ਬੰਦੇ ਆ ਉਹਨਾਂ ਨੂੰ ਸਿਰਫ ਇਹ ਹੁੰਦਾ ਕਿ ਮੈਂ ਆਪਣਾ ਘਰ ਕਿੱਦਾਂ ਆਲੀਸ਼ਾਨ ਬਣਾ ਸਕਦਾ, ਕਿੱਦਾਂ ਮੈਂ ਅਯਾਸ਼ੀ ਕਰ ਸਕਦਾ, ਕਿੱਦਾਂ ਕੀ ਕਰ ਸਕਦਾ। ਹੋਰ ਕਿਸੇ ਸ਼ਹਿਰ ਵਾਸੀਆਂ ਨਾਲ ਮਤਲਬ ਕਿਸੇ ਨੂੰ ਪਿਆਰ ਹੋਵੇ ਤਾਂ ਸਮਾਰਟ ਸਿਟੀ ਬਣ ਲੱਗੇ, ਕੋਈ ਟਾਈਮ ਨਹੀਂ ਲੱਗੇਗਾ। ਆਪਣੀ ਟੇਲਰ ਦੀ ਸ਼ੋਪ ਆ ਜੀ। ਕਿੱਥੇ ਭਾਅ ਜੀ? ਰੈਣਕ ਬਾਜ਼ਾਰ ਜੀ ਆ, ਜਿੱਥੇ ਤੁਸੀਂ ਖੜ੍ਹੇ ਹੋ। ਭਾਅ ਜੀ ਇੱਕ ਆਪਾਂ ਗੱਲ ਕਰ ਰਹੇ ਹਾਂ ਸਰਕਾਰ ਵੱਲੋਂ ਸਮਾਰਟ ਸਿਟੀ ਬਣਾਉਣ ਦੀ, ਕਿ ਜਲੰਧਰ ਸਮਾਰਟ ਸਿਟੀ ਬਣਾਇਆ ਜਾਊਗਾ, ਕਿ ਥੋੜ੍ਹੇ ਜਿਹੇ ਮੀਂਹ ਪੈਣ ਨਾਲ ਜਲੰਧਰ ਦੀ ਸਮਾਰਟ ਸਮਾਰਟ ਸਿਟੀ ਬਣਨਾ ਚਾਹੀਦਾ, ਪਰ ਇਹ ਤਾਂ ਪਹਿਲਾਂ ਹੀ ਮੀਂਹ ਪਿਆ ਅਤੇ ਸਾਰਾ ਸਮਾਰਟ ਹੋ ਗਿਆ, ਬਿਲਕੁਲ ਆ ਭਰੇ ਪੈ ਰਿਹਾ, ਇੱਥੋਂ ਦਰਿਆ ਲੱਗੇ, ਕੋਈ ਸੀਵਰੇਜ ਦਾ ਪ੍ਰਬੰਧ ਇੰਨਾ ਅੱਛਾ ਨਹੀਂ ਹੈਗਾ, ਪਹਿਲੇ ਮੀਂਹ 'ਤੇ ਹੀ ਜਲ ਥਲ ਹੋ ਗਏ। ਅਤੇ ਤੁਹਾਨੂੰ ਕੀ ਲੱਗਦਾ ਸਮਾਰਟ ਸਿਟੀ ਇੱਦਾਂ ਬਣੇਗੀ? ਸਮਾਰਟ ਸਿਟੀ ਹਿੰਮਤ ਕਰਨ ਨਾਲ ਕਿਉਂ ਨਹੀਂ ਬਣ ਸਕਦੀ? ਬਣ ਸਕਦੀ ਹੈ ਜੇ ਉਧਰ ਕੇਅਰ ਕੀਤਾ ਜਾਵੇ ਤਾਂ ਬਣ ਸਕਦੀ। ਅਤੇ ਇਹਦੇ ਕੰਮ ਕਾਰ ਨੂੰ ਕੀ ਫਰਕ ਪਿਆ ਹੋਊਗਾ? ਕੰਮ ਕਾਰ ਨੂੰ ਬਹੁਤ ਜ਼ਿਆਦਾ ਫਰਕ ਹੈ, ਬਾਜ਼ਾਰਾਂ ਵਿੱਚ ਬਹੁਤ ਮੰਦਾ ਠੰਡਾ ਚੱਲ ਰਿਹਾ, ਕੋਈ ਖਾਸ ਕਾਰੋਬਾਰ ਨਹੀਂ ਹੈਗਾ। ਅਤੇ ਨਗਰ ਨਿਗਮ ਵੱਲੋਂ ਕੀ ਇਹਦੇ ਧਿਆਨ ਦੇਣਾ ਚਾਹੀਦਾ ਕਿ ਨਹੀਂ ਦੇਣਾ ਚਾਹੀਦਾ, ਜਿੱਦਾਂ ਤੁਸੀਂ ਕਹਿ ਰਹੇ ਸੀਵਰੇਜ ਵਗੈਰਾ ਬਣਦਾ? ਟਰੈਫਿਕ ਦਾ ਕੋਈ ਅਸੂਲ ਨਹੀਂ ਹੈਗਾ, ਸੰਡੇ ਨੂੰ ਕੋਈ ਇੱਥੇ ਲੰਘ ਨਹੀਂ ਸਕਦਾ। ਪਹਿਲਾਂ ਪਿੱਛੇ ਇਹਨਾਂ ਨੇ ਕਿਹਾ ਸੀ ਵੀ ਸੰਡੇ ਨੂੰ ਤੁਸੀਂ ਆਪਣੀਆਂ ਇਹਨਾਂ ਨੂੰ ਦੁਕਾਨਾਂ ਦੇਵਾਂਗੇ, ਅੱਡੇ ਬਣਾ ਕੇ ਦੇਵਾਂਗੇ, ਲੇਕਿਨ ਫਿਰ ਉਹਨਾਂ ਨੇ ਉਹ ਪ੍ਰੋਜੈਕਟ ਕੈਂਸਲ ਕਰ ਦਿੱਤਾ, ਫਿਰ ਉਸ ਤਰ੍ਹਾਂ ਹੀ ਲੱਗ ਰਹੇ ਨੇ, ਜਗ੍ਹਾ ਪੂਰਾ ਬਾਜ਼ਾਰ ਘੇਰਿਆ ਜਾਂਦਾ। ਕਰਾਂਗਾ ਕਮਿਸ਼ਨਰ ਸਾਹਿਬ ਨੂੰ ਵੀ ਇਹਨਾਂ ਦੀਆਂ ਡਿਊਟੀਆਂ ਲਾਈਆਂ ਜਾਣ, ਵੱਖਰੀਆਂ ਵੱਖਰੀਆਂ ਜੂਨਾਂ ਬਣਾਈਆਂ ਜਾਣ, ਆਪਣੀ ਜੂਨ ਨੂੰ ਸਫਾਈ ਰੱਖਣ, ਪੂਰਾ ਆਪਣਾ ਆਪਣਾ ਕੇਅਰ ਕਰਨ, ਜਿੰਨੀ ਦੀ ਡਿਊਟੀ ਹੈ ਉਹ ਡਿਊਟੀ ਆਪਣੇ ਸੱਚੇ ਦਿਲ ਨਾਲ ਭੁਗਤਾਵੇ। ਜੇ ਕਦੀ ਪਾਣੀ ਖੜ੍ਹਾ ਹੋ ਨਹੀਂ ਸਕਦਾ, ਹੁਣ ਤਾਂ ਬਹੁਤ ਤਗੜੀ ਮਸ਼ੀਨਰੀ ਆ ਗਈ ਹੈ, ਹੁਣ ਕੋਈ ਜ਼ਰੂਰੀ ਨਹੀਂ ਵੀ ਮਸ਼ੀਨਰੀ ਨਾਲ ਹੀ ਪੂਰੇ ਸੀਵਰੇਜ ਸਾਫ਼ ਹੋ ਸਕਦੇ ਆ। ਉਹਨਾਂ ਨੂੰ ਕੇਅਰ ਕਰਕੇ ਬਾਜ਼ਾਰਾਂ ਦੇ ਵਿੱਚੋਂ ਇਹ ਦੇਖੋ ਕੀ ਹਾਲ ਹੈ, ਜੇ ਇਹ ਆ ਰਿਹਾ ਤਾਂ ਕਿਸੇ ਕਸਟਮਰ ਥੋੜ੍ਹਾ ਕੋਈ ਆ ਸਕਦਾ। ਜੋ ਵੀ ਹੋਵੇ, ਪਰ ਕੁਝ ਘੰਟਿਆਂ ਦੇ ਇਸ ਮੀਂਹ ਨੇ ਸਰਕਾਰ ਤੇ ਪ੍ਰਸ਼ਾਸਨ ਦੇ ਵਿਕਾਸ ਕਾਰਜਾਂ ਦੀ ਭੋਲ ਜ਼ਰੂਰ ਖੋਲ੍ਹ ਕੇ ਰੱਖ ਦਿੱਤੀ ਹੈ। ਜਲੰਧਰ ਤੋਂ ਪਰਮਜੀਤ ਸਿੰਘ ਰੰਗਪੁਰੀ ਦੀ ਰਿਪੋਰਟ, ਡੇਲੀ ਪੋਸਟ ਪੰਜਾਬੀ।
ਕੈਨੇਡਾ SDS ਪ੍ਰਣਾਲੀ ਦੇ ਅੰਦਰ 1 ਸਾਲ ਦੀ ਫੀਸ, 1 ਸਾਲ ਦੀ GIC ਅਤੇ IELTS ਵਿੱਚ 6 ਈਚ ਬੈਂਡ ਹੁਣ ਲਾਜ਼ਮੀ ਕਰ ਦਿੱਤੇ ਗਏ ਹਨ। ਸੋ ਜੇ ਤੁਸੀਂ ਸਪਟੈਂਬਰ SDS ਸਕੀਮ ਤਹਿਤ ਅਪਲਾਈ ਕਰਨਾ ਚਾਹੁੰਦੇ ਹੋ ਅੱਜ ਹੀ ਕੰਟੈਕਟ ਕਰੋ 9563 9563।